ਸਾਡੀ ਸਾਰੀ ਜਨਰਲ ਸਮਾਜ ਵੱਲੋਂ ਮਤਲਬ ਵੀ ਇਹ ਗੌਰਮੈਂਟ ਤੋਂ ਮੰਗ ਹੈ ਵੀ ਜਿਹੜੇ ਹਰ ਬੰਦੇ ਦਾ ਪਰਸਨਲ ਰਾਈਟ ਹੈ ਉਹ ਇੱਕੋ ਜਿਹੇ ਹੋਣੇ ਚਾਹੀਦੇ ਆ। ਜਿਹੜੀ ਉਹ ਪੁਰਾਣੀ ਸ਼ਡਿਊਲ ਕਾਸਟ ਜਾਂ BC ਕਲਾਸਾਂ ਸੀ, ਹੁਣ ਉਹਨਾਂ ਦੇ ਵਿੱਚ ਬਹੁਤ ਸੁਧਾਰ ਹੋ ਚੁੱਕਿਆ। ਹਜੇ ਵੀ ਪਰ ਉਹਨਾਂ ਦੇ ਵੀਕ ਹੈ, ਪਰ ਉਹਦੇ ਨਾਲ ਜਨਰਲ ਕੈਟਾਗਰੀ 'ਚ ਉਹਨਾਂ ਨਾਲੋਂ ਵੀ ਲੋਕ ਬਹੁਤ ਜ਼ਿਆਦਾ ਗਰੀਬੀ ਦੇ ਰਸਤੇ ਰਹਿ ਰਹੇ ਹੈ, ਕਿਉਂਕਿ ਜਿਹੜਾ SC ਅਤੇ BC ਨੂੰ ਬਿਜਲੀ ਫਰੀ, ਆਪਣਾ ਕਿ ਦਾਲਾਂ ਫਰੀ, ਆਟਾ ਫਰੀ, ਲੇਕਿਨ ਜਨਰਲ ਕੈਟਾਗਰੀ ਨੂੰ ਕੋਈ ਚੀਜ਼, ਉਹਨਾਂ ਨੂੰ ਬਿਜਲੀ ਵੀ ਫਰੀ, ਜਨਰਲ ਕੈਟਾਗਰੀ ਨੂੰ ਕੋਈ ਚੀਜ਼ ਨਹੀਂ। ਉਹਨਾਂ ਦਾ ਜਿਹੜਾ ਸਾਰਾ ਬੋਝ ਹੈ ਉਹ ਜਨਰਲ ਕੈਟਾਗਰੀ ਦੇ ਉੱਤੇ ਹੀ ਪਾਇਆ ਜਾਂਦਾ ਹੈ, ਉਸੇ ਕਾਰਨ ਜਨਰਲ ਕੈਟਾਗਰੀ ਦੇ ਲੋਕ ਜ਼ਿਆਦਾ ਗਰੀਬ ਹੁੰਦੇ ਜਾ ਰਹੇ ਆ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਰਕਾਰ ਇਸ ਚੀਜ਼ ਨੂੰ ਪੂਰੇ ਵਿਚਾਰ ਕਰਕੇ ਇਹਨੂੰ ਇਕੋਨੋਮਿਕਲੀ ਆਰਥਿਕ ਆਧਾਰ ਦੇ ਉੱਤੇ ਰਿਜ਼ਰਵੇਸ਼ਨ ਦਾ ਮਤਲਬ ਇਹਦਾ ਹੱਲ ਕੀਤਾ ਜਾਵੇ, ਤਾਂ ਜੋ ਜਿਹੜਾ ਹਰ ਆਪਣਾ ਭਾਰਤ ਦੇ ਵਿੱਚ ਰਹਿਣ ਵਾਲਾ ਨਾਗਰਿਕ ਹੈ ਉਹ ਆਪਣੀ ਜੀਵਨ ਦੇ ਵਿੱਚ ਚੰਗੇ ਸੁਖਮੇ ਜੀਵਨ ਬਤਾ ਸਕੇ। ਮੈਂ ਚਾਹੁੰਦਾ ਜੋ ਸੁਪਰੀਮ ਕੋਰਟ ਨੇ ਜੱਜਮੈਂਟ ਪਾਸ ਕੀਤੀ ਹੈਗੀ ਆ ਉਸ ਨੂੰ ਬਿਲਕੁਲ ਹੂ ਬਹੂ ਇੰਪਲੀਮੈਂਟ ਕਰਨ। ਸਾਨੂੰ ਉਮੀਦ ਆ ਵੀ ਇਹ ਵੀ ਸਾਨੂੰ ਯਕੀਨ ਆ ਵੀ ਕਿਸੇ ਵੀ ਗੌਰਮੈਂਟ ਨੇ ਇਸ ਨੂੰ ਇੰਪਲੀਮੈਂਟ ਨਹੀਂ ਕਰਨਾ ਸਿਰਫ ਵੋਟਾਂ ਦੀ ਰਾਜਨੀਤੀ ਖਾਤਰ, ਪਰ ਜਨਰਲ ਵਰਗ ਸਟਰੋਂਗਲੀ ਇਸ ਚੀਜ਼ ਤੋਂ ਡਿਮਾਂਡ ਕਰਦਾ ਵੀ ਇਹਨੂੰ ਹੂ ਬਹੂ ਇੰਪਲੀਮੈਂਟ ਕੀਤੀ ਜਾਵੇ। ਅਸੀਂ ਇਸ ਮੰਚ ਤੋਂ ਮਤਲਬ ਇੱਕ ਹੋਰ ਡਿਮਾਂਡ ਇਹ ਚਾਹੁੰਦੇ ਹੈਗੇ ਆ ਵੀ ਇਦੋਂ ਪਹਿਲਾਂ ਕਿ ਮਤਲਬ ਇੱਕ ਤਾਂ ਇਹ ਤਾਂ ਹੈਗੀ ਆ ਵੀ ਇੰਪਲੀਮੈਂਟ ਹੋ ਜਾਵੇ ਸੁਪਰੀਮ ਕੋਰਟ ਦੀ ਰਿਜ਼ਰਵੇਸ਼ਨ ਵੀ ਬਿਲਕੁਲ ਖਤਮ ਕੀਤੀ ਜਾਵੇ ਕਾਸਟ ਬੇਸਿਸ ਦੇ ਉੱਤੇ, ਇਕਨੋਮਿਕ ਬੇਸਿਸ ਦੇ ਉੱਤੇ ਰਿਜ਼ਰਵੇਸ਼ਨ ਕੀਤੀ ਜਾਵੇ, ਇਹ ਸਾਡੀ ਪੁਰਜ਼ੋਰ ਮੰਗ ਆ ਜੀ। ਬਸ ਅੱਜ ਦਾ ਜਿਹੜਾ ਬੰਦ ਦਾ ਸੱਦਾ ਜਿਹੜਾ ਦਿੱਤਾ ਜਾ ਰਿਹਾ ਹੈਗਾ ਬਿਲਕੁਲ ਸਾਡੀ ਜੈਤੋਂ ਦਾ ਕੰਪਲੀਟਲੀ ਬੰਦ ਆਏਗੀ ਆ ਜੀ। ਅੱਜ ਦਾ ਸਾਡਾ ਸੰਘਰਸ਼ ਹੈ ਉਹ ਜਨਰਲ ਕੈਟਾਗਰੀ ਦਾ, ਕਿਉਂਕਿ ਜਿਹੜੇ ਸਦੀਆਂ ਤੋਂ ਚੱਲੀ ਆ ਰਹੀ ਰਿਜ਼ਰਵੇਸ਼ਨ ਉਹ ਸੁਪਰੀਮ ਕੋਰਟ ਦੇ ਆਰਡਰਾਂ ਮੁਤਾਬਕ ਖਤਮ ਹੋ ਗਈ ਹੈ। ਉਹਨਾਂ ਨੇ ਪਿਛਲੇ ਸੰਘਰਸ਼ ਦੇ ਵਿਰੋਧ 'ਚ ਅਸੀਂ ਕਹਿੰਦੇ ਹਾਂ ਵੀ ਜਿਹੜੀ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਪੜ੍ਹ ਲਿਖ ਕੇ ਜੋ 90% ਲੈ ਕੇ ਪਾਸ ਹੁੰਦੇ ਆ ਉਹਨਾਂ ਨੂੰ ਵੀ ਉਹ ਆਪਦਾ ਹੱਕ ਮਿਲ ਸਕੇ। ਇਹ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਬਹੁਤ ਹੀ ਮਹੱਤਵਪੂਰਨ ਫੈਸਲਾ ਔਰ ਇਹ ਫੈਸਲਾ ਲਾਗੂ ਹੋ ਜਾਣਾ ਚਾਹੀਦਾ। ਜਨਰਲ ਕੈਟੇਗਰੀ ਦਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਬਿਲਕੁਲ ਸਹੀ ਰਸਤੇ 'ਤੇ ਚੱਲ ਰਿਹਾ, ਕਿਉਂਕਿ ਜਨਰਲ ਵਰਗ ਦੀ ਕਿਤੇ ਸੁਣਾਈ ਨਹੀਂ। ਅਸੀਂ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਇਹ ਸਟ੍ਰਕਚਰ ਪਾਸ ਕੀਤਾ ਹੈ। ਅਸੀਂ ਇਸ ਦੀ ਪੁਰਜ਼ੋਰ ਉਮੀਦ ਰੱਖਦੇ ਹਾਂ ਸੈਂਟਰਲ ਸਰਕਾਰ ਤੋਂ ਕਿ ਕਾਨੂੰਨ ਦੇ ਵਿੱਚ ਵੀ ਜੇ ਤਰਮੀਮ ਕਰਨੀ ਪਵੇ ਤਾਂ ਤਰਮੀਮ ਕਰਕੇ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਜਨਰਲ ਬਾਡੀ ਦੇ ਕੋਟੇ ਵਿੱਚ ਵੀ ਵਾਧਾ ਕੀਤਾ ਜਾਵੇ ਜੋ ਕਿ ਵਾਰ ਵਾਰ ਕਦੇ ਕਿਸੇ ਪਾਰਟੀ ਕਿਸੇ ਜਾਤੀਵਾਦ ਨੂੰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਨਾ ਮੈਂ ਉਹਨਾਂ ਦਾ ਇਸ ਗੱਲ ਦੇ ਵਿੱਚ ਕੋਈ ਵਿਰੋਧ ਕਰਦਾ, ਪਰ ਜਾਤੀਵਾਦ ਦੇ ਵਿਹਾਰ 'ਤੇ ਜਾਂ ਬੈਕਵਰਡ ਦੇ ਵਿਹਾਰ 'ਤੇ ਜੋ ਰਿਜ਼ਰਵੇਸ਼ਨ ਸਰਕਾਰ ਦਿਨ ਪਰ ਦਿਨ ਵਾਰੀ ਵਾਰੀ ਅਮੈਂਡਮੈਂਟ ਕਰ ਰਹੀ ਹੈ ਉਹ ਤਰੀਕਾ ਗਲਤ ਹੈ। ਇਕਨੋਮਿਕਲੀ ਹਰ ਬੰਦੇ ਨੂੰ ਮਦਦ, ਚਾਹੇ ਉਹ ਬਾਣੀਆ ਹੈ, ਚਾਹੇ ਉਹ ਅਗਰਵਾਲ ਹੈ, ਚਾਹੇ ਬ੍ਰਾਹਮਣ ਹੈ, ਚਾਹੇ ਹਿੰਦੂ ਹੈ, ਉਸ ਨੂੰ ਵੀ ਜੇ ਕਮਜ਼ੋਰ ਵਰਗਾ ਹੋ ਉਹਦੇ ਬੱਚਿਆਂ ਨੂੰ ਵੀ ਰਿਜ਼ਰਵੇਸ਼ਨ ਦਾ ਕੋਟਾ ਮਿਲਣਾ ਚਾਹੀਦਾ ਹੈ, ਕਿਉਂਕਿ ਇਹ ਦੇਖਣ ਵਿੱਚ ਆ ਰਿਹਾ ਵੀ ਸਾਡੇ ਜਨਰਲ ਕੋਟੇ ਦੇ ਵਿੱਚ 90-95% ਮਾਰਕਸ ਲੈਣ ਵਾਲੇ ਮੈਂਬਰਾਂ ਦੀ ਬੜੀ ਹੀ ਅਫਸੋਸ ਗੱਲ ਹੈ ਵੀ ਉਹਨਾਂ ਦੀ ਰਿਜ਼ਰਵੇਸ਼ਨ ਜਾਂ ਉਹਨਾਂ ਨੂੰ ਸੀਟਾਂ ਨਹੀਂ ਮਿਲਦੀਆਂ।
ਜਦੋਂ ਕਿ 35-40% ਵਾਲਾ ਡਾਕਟਰੀ, ਇੰਜੀਨੀਅਰ, ਜੱਜਿਸ ਵਗੈਰਾ ਦੇ ਵਿੱਚ ਕੋਟਾ ਲੈ ਰਿਹਾ। ਕੀ ਗੁਨਾਹ ਹੈ ਉਹਨਾਂ ਲੋਕਾਂ ਦਾ ਜਿਹੜੇ ਮਾਂ ਬਾਪ ਵੀ ਆਪਣੀ ਇੱਜ਼ਤ ਗਹਿਣੇ ਰੱਖ ਕੇ ਪੈਸਾ ਆਪਣੀ ਜਾਇਦਾਦ ਕਰਨ ਕਿ ਬੱਚਿਆਂ ਨੂੰ ਪੜ੍ਹਾਇਆ ਹੈ? ਅੱਜ ਉਹ ਜਨਰਲ ਕੈਟੇਗਰੀ ਦੇ ਤੁਸੀਂ ਜੇ RDI ਪਾ ਕੇ ਇਹ ਚੀਜ਼ ਨੂੰ ਲਾਓ ਤਾਂ ਤੁਹਾਨੂੰ ਚਾਨਣ ਹੋ ਜੂਗਾ ਵੀ ਜਨਰਲ ਕੈਟੇਗਰੀ ਦੇ ਕਿੰਨੇ ਪੜ੍ਹੇ ਲਿਖੇ ਨੌਜਵਾਨ ਅਨਪਲਾਈਡ ਧੱਕੇ ਖਾ ਰਿਹਾ, ਕੋਈ ਰਕਸ਼ਾ ਚਲਾ ਰਿਹਾ, ਕੋਈ ਈਵਨ ਕਿ ਮੈਨੂੰ ਕਹਿੰਦੇ ਸ਼ਰਮ ਆਉਂਦੀ ਹੈ ਕਿ ਵੇਟਰਾਂ ਦੇ ਕੰਮ ਕਰ ਰਿਹਾ ਹੋਟਲਾਂ 'ਚ। ਇਸ ਗੱਲ ਨੂੰ ਤੁਰ ਜੋ ਅਪੀਲ ਕਰਦਾ ਹਾਂ ਔਰ ਆਪਣੇ ਵੱਲੋਂ ਸਾਡੇ ਸ਼ਹਿਰ ਵੱਲੋਂ ਇਸ ਦੇ ਲਈ ਮੈਂ ਪੁਰਜੋਰ ਦੌਰਾ ਮੰਗ ਕਰਦਾ ਹਾਂ ਕਿ ਸਾਡੀ ਜਨਰਲ ਕੈਟੇਗਰੀ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਬੱਚਿਆਂ ਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇ। ਜਨਰਲ ਸਮਾਜ ਦੇ ਵਿੱਚ ਜਿਹੜਾ ਹੈਗਾ ਸਾਡੀ ਇੱਕੋ ਹੀ ਮੰਗ ਹੈ ਕਿ ਜੋ ਕਾਨੂੰਨ ਹੈ ਉਹ ਇੱਕ ਸਮਾਨ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਜਾਤੀਵਾਦ ਨਹੀਂ ਹੋਣਾ ਚਾਹੀਦਾ। ਜਾਤੀਵਾਦ ਹੋਣ ਕਰਕੇ ਹੀ ਸਾਡਾ ਦੇਸ਼ ਅੱਜ ਪਿੱਛੇ ਚੱਲ ਰਿਹਾ ਔਰ ਸਰਕਾਰਾਂ ਦਾ ਤੁਹਾਨੂੰ ਹਾਲ ਪਤਾ ਹੀ ਹੈ ਕਿ ਉਹਨਾਂ ਨੇ ਕਿਸੇ ਵਾਸਤੇ ਕੁਛ ਨਹੀਂ ਕਰਨਾ, ਸਿਰਫ ਆਪਸੀ ਜਾਤੀਵਾਦ ਦੇ ਤੌਰ 'ਤੇ ਲੜਾ ਰਹੇ ਇੱਕ ਦੂਜੇ ਨੂੰ। ਔਰ ਮੇਰੀ ਮੰਗ ਦਾ ਇੱਕੋ ਹੀ ਹੈ ਸਿਰਫ ਕਿ ਆਓ ਆਪਾਂ ਇਹ ਸਾਰੇ ਜੋ ਲੀਡਰਾਂ ਦੇ ਗਲਤ ਆਪਾਂ ਨੂੰ ਅਫਵਾਹਾਂ ਜਾਂ ਉਹਨਾਂ ਨੂੰ ਪਿੱਛੇ ਛੱਡ ਕੇ ਸਾਰੇ ਇਕੱਠੇ ਹੋ ਕੇ ਇੱਕ ਸਮਾਨ ਕਾਨੂੰਨ ਦੀ ਮੰਗ ਕਰੀਏ। ਅਤੇ ਮੈਂ ਸਾਰੇ ਹਿੰਦੂ ਸਮਾਜ ਕੀ ਸਾਰੇ ਸਿੱਖ ਭਰਾਵਾਂ ਨੂੰ ਵੀ ਬੇਨਤੀ ਕਰਦਾ, ਇਹ ਇਕੱਲਾ ਹਿੰਦੂਆਂ ਵਾਸਤੇ ਨਹੀਂ ਹੈਗਾ, ਇਹ ਸਿੱਖਾਂ ਭਰਾਵਾਂ ਵਾਸਤੇ ਵੀ ਹੈ, ਬ੍ਰਾਹਮਣਾਂ ਵਾਸਤੇ ਵੀ ਹੈ, ਸਾਰੀ ਜਾਤੀਆਂ ਵਾਸਤੇ ਹੈ। ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਅੱਗੇ ਆਓ ਅਤੇ ਇਸ ਕਰਕੇ ਸਾਰਾ ਹਿੰਦੂ ਸਮਾਜ ਅਤੇ ਸਾਰਾ ਸਮਾਜ ਉੱਚਾ ਉਠਾਓ।